ਔਰ ਪੰਚਾਇਤੀ ਚੋਣਾਂ ਆ ਗਈਆਂ, ਬਸ ਕਿਸੇ ਵੀ ਸਮੇਂ ਨਾਲ ਐਲਾਨ ਹੋ ਸਕਦਾ, ਔਰ ਦੁਸਹਿਰੇ ਤੋਂ ਬਾਅਦ ਦੀਆਂ ਡੇਟਾਂ ਮੈਨੂੰ ਲੱਗਦਾ ਇਲੈਕਸ਼ਨ ਕਮਿਸ਼ਨ ਕਰੂਗਾ, ਯਾਨੀ ਕਿ 15, 16, 17, 18, 19 ਅਕਤੂਬਰ ਦੇ ਨੇੜੇ। ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹੁੰਦਾ। ਪਹਿਲੀ ਗੱਲ ਤਾਂ ਚੰਗੇ ਪੜ੍ਹੇ ਲਿਖੇ ਬੰਦੇ, ਮੁੰਡੇ ਚੰਗ ਮੁੰਡੇ, ਸਾਰੇ ਉਹਦੇ ਹਿੱਸਾ ਲਓ। ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ, ਮੈਂਬਰਾਂ ਦੀ ਅਲੱਗ ਅਲੱਗ ਹੋਊਗੀ, ਅਤੇ ਕਿਸੇ ਚੋਣ ਨਿਸ਼ਾਨ 'ਤੇ, ਕਿਸੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਹੀਂ ਲੜ ਸਕਦੇ, ਉਹਦੇ ਨਾਲ ਰੌਲਾ ਪੈ ਜਾਂਦਾ, ਲੜਾਈ ਹੋ ਜਾਂਦੀ ਹੈ, ਧੜੇ ਬਣ ਜਾਂਦੇ ਆ। ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ, ਸਰਪੰਚ ਪਿੰਡ ਦਾ ਹੋਵੇ। ਬਾਅਦ 'ਚ ਵੋਟਾਂ ਵੇਲੇ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ, ਤੁਹਾਡਾ ਡੈਮੋਕ੍ਰੈਟਿਕ ਰਾਈਟ ਹੈ। ਜੇ ਕਿਤੇ ਸਰਬਸੰਮਤੀ ਕਰ ਲਓ ਸਾਰੇ ਪਿੰਡ ਦੀ ਪੰਚਾਇਤ 'ਤੇ ਵੀ 8 ਮੈਂਬਰ ਅਤੇ 1 ਸਰਪੰਚ, ਸਾਡੀ ਤਾਂ ਸਰਬਸੰਮਤੀ ਹੈ ਜੀ, ਤਾਂ ਉਸ ਪਿੰਡ ਨੂੰ 5 ਲੱਖ ਰੁਪਈਆ ਨਗਦ ਇਨਾਮ ਸਰਕਾਰ ਵੱਲੋਂ, ਅਤੇ ਨਾਲ ਸਟੇਡੀਅਮ, ਸਕੂਲ, ਮੁਹੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊਗੀ। ਇਹ ਉਸ ਪਿੰਡ 'ਤੇ ਹੈ ਵੀ ਉਹ ਕੀ ਮਤਾ ਪਾ ਕੇ ਦਿੰਦੇ ਨੇ। ਜੇ ਸਰਬਸੰਮਤੀ ਕਰ ਲਓਗੇ, ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ, 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ, ਜਲੇਬੀਆਂ ਅੱਡ, ਅਤੇ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਊਂਸਮੈਂਟ ਹੋ ਗਈ 1-2 ਦਿਨਾਂ 'ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਂ ਧਰ ਲੈਂਦੇ ਨੇ ਸਰਪੰਚ, ਉਹਨਾਂ ਨੇ ਤਾਂ ਸ਼ੁਰੂ ਕਰਤੀ, ਆਪਾਂ ਲੇਟ ਹਾਂ। ਲੈ ਦੱਸੋ ਇਹ ਕਾਹਦਾ ਲੇਟ ਹੈ ਯਾਰ, ਦੱਸੋ ਇਹ ਕੋਈ ਦੱਸੋ ਕੋਈ ਸਰ, ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ 19 ਤਰੀਕ ਤੋਂ ਸ਼ੁਰੂ ਕਰਨੀ ਹੈ, ਉਹ ਨਹੀਂ ਲੇਟ ਹਾਂ। ਅਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਭਾਅ ਬਦਲਿਆ ਹੋਇਆ, ਦੇਸੀ ਦੂਸੀ ਤਾਂ ਨਹੀਂ ਐਤਕੀ ਹੈਗਾ ਕੰਮ, ਅੰਗਰੇਜ਼ੀ ਐਤਕੀ ਤਾਂ। ਇਹ ਯਾਰ ਜੇ ਨਾ ਹੋਵੇ ਪਿੰਡਾਂ 'ਚ ਉਹੀ ਪੈਸੇ ਪਿੰਡ 'ਤੇ ਲੱਗ ਜਾਣਗੇ, ਉਹੀ ਜਿਹੜਾ 20-20 ਲੱਖ ਲਾਓਗੇ ਉਹ 'ਚ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ, ਪੰਚਾਇਤ ਨੂੰ ਦਾਨ ਕਰ ਦਿਓ, 5 ਸਾਡੇ ਵਾਲੇ ਪਾਸੇ ਆ ਜੂ, ਬਾਕੀ ਤੁਹਾਨੂੰ ਗ੍ਰਾਂਟਾਂ ਹੋਰ ਦੇ ਦਾਂਗੇ, ਪਿੰਡ ਦਾ ਤਾਂ ਨਹਾਰ ਬਦਲ ਜੂਗੀ, ਨਾਲੇ 57 ਦੇ ਪਰਚੇ ਨਹੀਂ ਹੋਣਗੇ, ਨਾਲੇ ਲੜਾਈਆਂ ਨਹੀਂ ਹੋਣਗੀਆਂ। ਸੋ ਇਸ ਕਰਕੇ ਸਰਬਸੰਮਤੀ ਕਰ ਲਓ ਤਾਂ ਬਾਹਲਾ ਵਧੀਆ, ਨਹੀਂ ਤਾਂ ਸ਼ਾਂਤੀ ਨਾਲ, ਜੇ ਇਲੈਕਸ਼ਨ ਵੀ ਲੜਨੀ ਉਹ ਵੀ ਹੱਕ ਹੈ ਤੁਹਾਡਾ, ਸ਼ਾਂਤੀ ਨਾਲ ਲੜੋ, ਚੰਗੇ ਬੰਦਿਆਂ ਨੂੰ ਮੂਹਰੇ ਲੈ ਕੇ ਉਹ ਪਿੰਡ ਦਾ ਹੀ ਬੰਦਾ। ਇਹ 'ਚ ਦੇਖੋ MLA ਵੇਲੇ ਤਾਂ ਆਪਾਂ ਕਹਿ ਸਕਦੇ ਹਾਂ ਯਾਰ ਪਤਾ ਨਹੀਂ ਸੀ ਕਿਹਾ ਜਿਹਾ ਨਿਕਲੂਗਾ, ਮੈਂ ਅਸੀਂ ਕਿਹੜਾ ਜਾਣਦੇ ਸੀ। MP ਵੇਲੇ ਵੀ ਕਹਿ ਸਕਦੇ ਹਾਂ ਯਾਰ ਇਹੋ ਜਿਹਾ ਨਿਕਲੂ, ਸਾਨੂੰ ਕਿਹੜਾ ਪਤਾ ਸੀ, ਹੈ ਨਾ। ਅਤੇ ਮੁੱਖ ਮੰਤਰੀ ਵਾਸਤੇ ਵੀ, ਮੰਤਰੀ ਵਾਸਤੇ ਵੀ ਕਹਿ ਸਕਦੇ, ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ, ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਿਹਾ। ਹੁਣ ਜਿਹੜਾ 40 ਲੱਖ ਲਾਊਗਾ ਉਹ ਫਿਰ 40 ਲੱਖ ਕੱਢੂ ਕਿੱਥੋਂ, ਮੈਨੂੰ ਇਹ ਸਮਝ ਨਹੀਂ ਆਉਂਦੀ। ਪਹਿਲਾਂ ਤਾਂ ਛਲ ਕੱਢ ਲੈਂਦਾ ਹੋਣਾ, ਮੈਂ ਉਹ 40 ਲੱਖ ਵਾਲਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ, ਐਤਕੀ ਨਾ ਪੰਗਾ ਲੈ ਲਿਓ, ਐਤਕੀ ਮੈਂ ਹਾਂ ਇੱਥੇ, 1 ਰੁਪਈਆ ਨਹੀਂ ਮੈਂ ਖਾਣ ਦੇਣਾ ਪੰਚਾਇਤ ਦਾ, ਪੰਚਾਇਤ ਦਾ ਪੈਸਾ ਨਹੀਂ ਮੈਂ ਖਾਣ ਦੇਣਾ। ਕਿਤੇ ਕਹੋਗੇ 40 ਲਾ ਕੇ 80 ਕੱਢਾਂਗੇ, ਉਹ ਜ਼ਮਾਨੇ ਚਲੇ ਗਏ ਹੁਣ। ਹਾਂ ਸਹਿਮਤੀ ਕਰ ਲਓ ਜਾਂ ਫਿਰ ਚੰਗੇ ਬੰਦਿਆਂ ਨੂੰ ਚੁਣ ਕੇ ਪੰਚਾਇਤਾਂ ਬਣਾਓ, ਚੰਗੀਆਂ ਪੜ੍ਹੀਆਂ ਲਿਖੀਆਂ ਪੰਚਾਇਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ, ਵਿਕਾਸ ਪ੍ਰਤੀ ਜਿਹੜੀਆਂ ਵਚਨਬੱਧ ਹੋਣ। ਔਰ ਕੋਈ ਮੈਂ ਕਿਸੇ ਇਹ ਨਹੀਂ ਕਹਿੰਦਾ, ਕਿਉਂਕਿ ਮੈਂ ਤਾਂ ਚੋਣ ਨਿਸ਼ਾਨ ਹੀ ਖਤਮ ਕਰਤੇ ਨਾ, ਮੈਂ ਤਾਂਹੀਓ ਕੀਤੇ ਨੇ, ਇਹਦੇ ਨਾਲ ਪਤਾ ਨਹੀਂ ਲੱਗਦਾ, ਨਹੀਂ ਤਾਂ ਐਂ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚ ਹੈ ਜੀ, ਇਹਨੂੰ ਗ੍ਰਾਂਟ ਨਾ ਦਿਓ ਜੀ। ਨਾ ਹੁਣ ਮੰਜੇ 'ਤੇ ਜਿੱਤਿਆ ਹੋਇਆ, ਕੋਈ ਜੱਗ 'ਤੇ ਜਿੱਤਿਆ ਹੋਇਆ, ਉਹ ਤਾਂ ਪਿੰਡ ਦਾ ਹੈ। ਸੋ ਇਸ ਕਰਕੇ ਮੇਰੇ ਵੱਲੋਂ ਕੋਈ ਦਰਿਆਤ ਨਹੀਂ ਹੋਊਗੀ, ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂੰਗਾ ਕਿ ਜਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ, ਭਾਵੇਂ
ਭਾਵੇਂ 500 ਦੀ ਆਬਾਦੀ ਦਾ ਪਿੰਡ ਹੈ, ਭਾਵੇਂ 5000 ਦੀ ਆਬਾਦੀ ਦਾ ਪਿੰਡ ਹੈ, ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਕੋਈ ਪਿੰਡ, ਪੈਸੇ ਦੇ ਦਿਓ ਉਹਨੂੰ ਜਿੰਨੇ ਦੇਣੇ। ਜੇ 500 ਵਾਲੇ 'ਚ ਵੀ ਲਾਤਾ ਨਾ, 5000 ਵਾਲੇ ਵੇਖਣ ਆਉਣਗੇ, ਤੀਜੇ ਦਿਨ ਉਹ ਵੀ ਆਉਣਗੇ, ਫਿਰ ਵੀ ਹਾਂ ਆਪਾਂ ਵੀ ਲੋਨ ਹੈ ਜਿਹਾ ਜਾਂ ਕੁਛ। ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾ ਨਹੀਂ ਕਰਦਾ, ਆਹੀ ਕੰਮ ਕਰਨਾ ਆਇਆ। ਹੋਰ ਪੈਸੇ ਕਮਾਉਣੇ ਹੁੰਦੇ ਜੀ, ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ, ਬੰਬੇ ਚਲੇ ਗਏ ਸੀ, ਜਿੰਨੇ ਮਰਜ਼ੀ ਕਮਾ ਲੈਂਦੇ ਆ ਨਾ, ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਹੈ, ਆ ਬਿੰਨੂ ਹੋਰੀ, ਕਰਮਜੀਤ ਹੋਰੀ, ਆਪਣੇ ਹੀ ਮੁੰਡੇ ਸਾਰੇ। ਪਰ ਮੈਂ ਕਿਹਾ ਯਾਰ ਨਹੀਂ ਯਾਰ, ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ, ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਾ ਮਿੱਤਰਾ, ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੁਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗੇ ਜਵਾਬ ਆਇਆ, ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਕਿ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਇਹ ਸਮਾਂ ਸਭ ਨੂੰ ਢਾ ਲੈਂਦਾ, ਉਹ ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ, ਜੇ ਨਾਨਕ ਹੱਟੀ ਪਾ ਲੈਂਦਾ।